ਕਥਾ ਸੁਣਨਾ ਆਇਆ ਇੰਨੇ ਡੁੱਬ ਜਾਓਗੇ ਤੁਹਾਡਾ ਧਿਆਨ ਇੱਧਰ ਉੱਧਰ ਨਾ ਜਾਵੇ ਬਸ
ਐਸੇ ਲੋਕ ਵੀ ਨੇ ਜਿਹੜੇ ਮੱਥੇ ਨਹੀਂ ਲੱਗਦੇ ਗੁਰੂ ਗ੍ਰੰਥ ਸਾਹਿਬ ਜੀ ਦੀ, ਟਾਈਮ ਨਹੀਂ ਉਹਨਾਂ ਕੋਲ, ਤੁਸੀਂ ਕਰਮਾਂ ਵਾਲੇ ਨੇ, ਉਹਨਾਂ ਨੂੰ ਪੁੱਛੋ ਕਹਿੰਦੇ ਕਿੱਥੇ ਕਿੰਨੀ ਦੇਣ, ਬੜਾ ਕੰਮ ਬੜਾ ਕਮਾਲ ਦੀ ਗੱਲ ਹੈ। ਜਿਸ ਦਾਦੇ ਨੇ ਕਿੰਨੀਆਂ ਦਾਤਾਂ ਦਿੱਤੀਆਂ, ਜਿਸ ਦਾਦੇ ਨੇ ਜੀਓ ਪਾਏ ਪਿੰਡ ਜਿਹੜਾ ਸਾਜਿਆ ਦਿੱਤਾ ਮੰਨਣ ਆਣ, ਜੇ ਤੁਸੀਂ ਪੁੱਛੋ ਕਿ ਰੱਬ ਨੇ ਤੁਹਾਨੂੰ ਕੀ ਦਿੱਤਾ ਤੇ ਚੌਥੀ ਪੰਜਵੀਂ ਤੇ ਛੇਵੀਂ ਅਸ਼ਟਪਦੀ ਸ਼੍ਰੋਮਣੀ ਸਾਹਿਬ ਦੇ ਪੜ੍ਹ ਲਿਓ, ਨਿਰਗੁਣ ਆਰ ਆਣਿਆ ਸੋ ਕਵ ਸਦਾ ਜਿਨ ਕੀਆ ਤਿਸ ਗੀਤ ਰੱਖ ਨਾਨਕ ਨੇ ਕਹੇ। ਪੜ੍ਹੋ ਕੀ ਲਿਖਿਆ, ਰਮਈਆ ਕੇ ਗੁਣ ਚੇਤ ਪਰਾਣੀ, ਬੋਲੋ ਰਮਈਆ ਕੇ ਗੁਣ। ਗੁਣ ਮਨੇ ਐਸਾ, ਬੋਲੋ ਗੁਣ ਮਨੇ ਇਹਦੇ ਅਸਾਨ ਚੇਤੇ ਕਰ, ਦਮਈਆ ਕੇ ਗੁਣ ਚੇਤ ਪਰਾਣੀ। ਸਰੀਰ ਬਣਾ ਦਿੱਤਾ ਕਮਨ ਮੂਲ ਤੇ, ਕਮਨ ਦ੍ਰਿਸ਼ਟਾਨੀ, ਫਿਰ ਮਾਂ ਦੇ ਪੇਟ ਵਿੱਚ ਗਲੇ ਪੈਦਾ ਹੋਏ ਨੇ। ਦੇਖਿਆ ਕਈ ਲੋਕ ਗਲੇ ਪੈਦਾ ਹੁੰਦੇ ਨੇ, ਇਹ 6 ਮਹੀਨੇ ਬਾਅਦ ਅੰਦਰ ਹੀ ਮਰ ਜਾਂਦੇ ਨੇ, ਕਈ ਅਪਾਹਿਜ ਪੈਦਾ ਹੁੰਦੇ ਨੇ, ਪਰ ਤੈਨੂੰ ਪੂਰਾ ਸਿੰਪਲ ਚੰਗੀ ਤਰ੍ਹਾਂ ਨਾਲ ਤਿਆਰ ਕਰਕੇ ਪੈਦਾ ਕੀਤਾ, ਬਾਹਰ ਕੱਢਿਆ, ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਨੇ ਜਿਹਨੇ। ਫਿਰ ਤੂੰ ਛੋਟਾ ਸੀ, ਤੂੰ ਗਲਾਸ ਦੁੱਧ ਦਾ ਚੁੱਕ ਨਹੀਂ ਸੀ ਸਕਦਾ, ਮਾਂ ਦੇ ਸਰੀਰ ਦੇ ਨਾਲ ਤੈਨੂੰ ਦੁੱਧ ਪ੍ਰੋਵਾਈਡ ਕੀਤਾ। ਧਿਆਨ ਦਿਓ, ਮਾਂ ਦੇ ਦੁੱਧ ਨਾਲ ਕਰੋ ਨਾ, ਮਾਂ ਦੇ ਸਰੀਰ ਨਾਲ ਆਪਾਂ ਨੂੰ ਦੁੱਧ ਪ੍ਰੋਵਾਈਡ ਕੀਤਾ ਕਿ ਨਹੀਂ ਰੱਬ ਨੇ, ਆਪਾਂ ਛੋਟੇ ਜਿਹੇ ਸੀ। ਧਿਆਨ ਦਿਓ, ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਪਾਰ ਵਿਵਸਥਾ ਤੁਝੇ ਪਿਆਰੇ, ਦੂਧ ਫਿਰ ਭਰ ਜੋਬਨ ਭੋਜਨ ਸੁੱਖ ਸੂਦ ਬਿਰਦ ਪਿਆ ਉਪਰ ਸਾ ਕਸੈਨ। ਜਦੋਂ ਤੂੰ ਬੁੱਢਾ ਹੋ ਗਿਆ, ਤੇਰੇ ਹੱਥ ਕੰਮਦੇ ਸਹੀ ਨਹੀਂ ਗਲਾਸ ਚੁੱਕਣ ਨੂੰ, ਤੇਰੇ ਪੋਤਰਿਆਂ ਨੇ ਤੇਰੇ ਮੂੰਹ 'ਚ ਦੁੱਧ ਪਾਇਆ, ਆਪਣਾ ਸਤਨਾਮ ਸ੍ਰੀ ਥੋੜਾ ਗੱਜ ਕੇ ਬੋਲੋ ਨਾ, ਸਤਨਾਮ ਸ੍ਰੀ ਬਿਰਦ ਪਿਆ ਉਪਰ ਸਾ ਕਸੈਨ, ਮੁੱਖ ਅਪਿਆਓ ਬੈਠ ਕੋ ਦੇਣ, ਪਰ ਇਹ ਨਿਰਗੁਣ ਗੁਣ ਕਛੂ ਨਾ ਪੁੱਜੇ, ਬਖਸ਼ ਲਿਓ ਤੋ ਨਾਨਕ। ਪਰ ਇਹ ਰੱਬ ਦੇ ਕਿਸਾਨ ਨਹੀਂ ਮੰਨਦਾ, ਰੱਬ ਨੂੰ ਹੀ ਭੁੱਲ ਗਿਆ, ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਹੈ। ਕਮਾਲ ਦੀ ਗੱਲ ਹੈ, ਜੀਓ ਪਾਏ ਪਿੰਡ ਜਿਹਨ ਸਾਜਿਆ ਦਿੱਤਾ ਪੈਨਣ ਖਾਣ, ਬੋਲੋ ਦਿੱਤਾ ਪੈਨਣ। ਅਜੇ ਵੀ ਤੂੰ ਕਹਿੰਦਾ ਰੱਬ ਨੇ ਤੈਨੂੰ ਕੀ ਦਿੱਤਾ, ਮਨੁੱਖਾ ਜਨਮ ਦੇ ਦਿੱਤਾ, ਤੈਨੂੰ ਅੱਖ ਵਿੱਚ ਸੜ ਨੇ ਦਿੱਤਾ, ਮਾਂ ਦੇ ਪੇਟ ਦੀ ਅੱਗ ਵਿੱਚ ਤੁਸੀਂ ਰੋਟੀ ਪਾਉਂਦੇ ਹੋ ਨਾ, ਤੇ ਰੋਟੀ ਸੜ ਜਾਂਦੀ ਨਾ ਪੇਟ, ਜੋ ਕੁਝ ਪਾਉਂਦੇ ਹੋ ਅੰਦਰ ਐਸਿਡ ਐਸੇ ਬਣੀ ਵੀ ਸੜ ਜਾਂਦਾ, ਫਿਰ ਤੂੰ ਮਾਂ ਦੇ ਪੇਟ ਵਿੱਚ ਕਿਉਂ ਨਹੀਂ ਸੜਿਆ। ਇਹ ਜੈਸਰੀ ਰਾਮ ਜੀ 5ਵੇਂ ਪਾਤਸ਼ਾਹ ਨੇ ਲਿਖਿਆ ਹੈ, ਹਰ ਸਿਮਰਤ ਤੂੰ ਨਾ ਜੜੇ, ਬੋਲੋ ਹਰ ਸਿਮਰਤ ਤੂੰ। ਉੱਥੇ ਵੀ ਤੂੰ ਪੁੱਠਾ ਲੰਘਿਆ ਸੀ, ਅੱਗ ਦੀਆਂ ਚਿੰਗਾਰੀਆਂ ਮਾਰੂ ਰਾਮ ਜੀ ਲਿਖਿਆ, ਜਿੱਥੇ ਅਗਨ ਪੱਖੇ ਪੜਿਹਾਰੇ, ਗੁਰਦ ਮੁੱਖ ਮਹਾਂ ਗੁਬਾਰੇ, ਪੁੱਠਾ ਲੰਘਿਆ ਸੀ ਹਨੇਰਾ ਹੀ ਹਨੇਰਾ ਚਿੰਗਾਰੀਆਂ ਅੱਗ ਦੀਆਂ, ਉੱਥੇ ਵੀ ਤੂੰ ਸਾਸ ਸਾਸ ਸੰਭਾਲੇ ਸੋਈ, ਉੱਥੇ ਕਸਮ ਛਡਾਏ ਲਿਆ, ਪ੍ਰਭ ਉੱਥੇ ਕਸਮ। ਫਿਰ ਵਿੱਚੋਂ ਗਰਵੇ ਨਿਕਲ ਆਇਆ, ਕਸਮ ਵਸਾਰ ਦੁਨੀ ਚਿੱਤ ਲਾਇਆ, ਪ੍ਰਭ ਕਸਮ ਵਸਾਰ ਦੁਨੀ ਚਿੱਤ। ਉੱਥੇ ਤੂੰ ਪੱਗ ਦੀਆਂ ਚਿੰਗਾਰੀਆਂ 'ਚ ਵਾਹਿਗੁਰੂ ਵਾਹਿਗੁਰੂ ਕਰਦਾ ਸੀ, ਤਾਂ ਮਾਂ ਦੇ ਪੇੜ ਵਿੱਚੋਂ ਬਾਹਰ ਆਇਆ, ਮਾਂ ਕੋ ਸਤਨਾਮ ਸ੍ਰੀ। ਕਿੰਨੇ ਪੁੱਜ ਪੁੱਜ ਗਰਭ ਗਏ, ਪਤਾ ਨਹੀਂ ਕਿੰਨੇ ਹੀ ਮਾਂ ਦੇ ਪੇਟ ਵਿੱਚ ਗਲ ਗਏ, ਪਰ ਤੈਨੂੰ ਬਾਹਰ ਕੱਢਿਆ ਸਹੀ ਸਲਾਮਤ, ਉਹਦਾ ਸ਼ੁਕਰਾਨਾ ਕਰਿਆ ਕਰ। ਇਹ ਨਾ ਕਿਹਾ ਕਰ ਰੱਬ ਨੇ ਇੱਕ ਦਾਤ ਲਈ, ਧਿਆਨ ਦਿਓ ਇੱਥੇ ਆਉਂਦਾ ਰਿਹਾ, 40 ਸਾਲ ਤੱਕ ਦਾਤਾਂ ਮੰਗਦਾ ਰਿਹਾ, ਧਿਆਨ ਦਿਓ 40 ਸਾਲਾਂ ਬਾਅਦ ਰੱਬ ਨੇ ਸਾਰੀਆਂ ਦਾਤਾਂ ਦਿੱਤੀਆਂ। ਇੱਕ ਦਿਨ ਕਹਿੰਦਾ ਮਹਾਰਾਜ ਮੇਰੇ 2 ਕੋਠੀਆਂ ਨੇ, ਤੇ ਕਾਨਪੁਰ ਦੇ ਇਲਾਕੇ ਵਿੱਚ ਮੇਰੇ ਪੁੱਤ 3 ਨੇ, ਤੇ ਇੱਕ ਕੋਠੀ ਦਾ ਮੈਂ ਬਿਆਨਾ ਕਰ ਚੁੱਕਾ ਤੇ ਮੈਂ ਰਜਿਸਟਰੀ ਕਰਵਾਉਣ ਜਾ ਰਿਹਾ, ਜੇ ਰਜਿਸਟਰੀ ਹੋ ਗਈ ਤੇ ਮੈਂ ਲੰਗਰ ਲਾਉਂਗਾ। ਨਹੀਂ ਪਤਾ ਲੱਗਾ, ਜੇ ਰਜਿਸਟਰੀ ਹੋ ਗਈ ਤਾਂ ਲੰਗਰ ਲਾਉਂਗਾ, ਉਤਨਾ ਨਹੀਂ। ਇੱਥੇ ਆ ਕੇ ਸੌਦੇਬਾਜ਼ੀਆਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਨਾਲ, ਅੱਗੇ ਨਹੀਂ ਜੀ ਬੈਠੇ ਜੀ ਨੂੰ ਪੁੱਛੋ, ਇੱਥੇ ਅਰਦਾਸ ਆਉਂਦੀ ਹੈ ਦੇਹ ਰੋਗਤਾ ਦੀ, ਕਾਰੋਬਾਰ ਦੀ, ਗਿਆਨੀ ਵੀ ਧਿਆਨ ਸੁਣੋ, ਕਾਰੋਬਾਰਾਂ ਦੀਆਂ ਅਰਦਾਸਾਂ ਆਉਂਦੀਆਂ ਨੇ, ਦੇਹ ਰੋਗਤਾ ਦੀ ਅਰਦਾਸ ਆਉਂਦੀ ਹੈ, ਮਹਾਰਾਜ ਮੇਰੇ ਬੱਚੇ ਦਾ ਪੁੱਤ ਦਾ ਵੀਜ਼ਾ ਲੱਗ ਜਾਵੇ ਬਾਹਰਲੇ ਦੇਸ਼ ਦਾ, ਇਹ ਵੀ ਅਰਦਾਸਾਂ ਆਉਂਦੀਆਂ ਨੇ, ਮਹਾਰਾਜ ਕੰਮ ਵਿੱਚ ਵਾਧਾ ਪਵੇ, ਘਰ ਵਿੱਚ ਸੁੱਖ ਸ਼ਾਂਤੀ ਆਵੇ। ਭਾਈ ਸਾਹਿਬ ਕਦੇ ਇਹ ਵੀ ਅਰਦਾਸ ਹੋਈ ਵੀ ਮੇਰਾ ਮਿੱਤਰ ਨਹੀਂ ਵਧੇ, ਆਈ ਇੱਦਾਂ ਦੇ ਵੀ ਦੱਸੋ, ਇਹ ਅਰਦਾਸ ਨਹੀਂ ਆਉਂਦੀ ਗੁਰਦੁਆਰੇ ਵੀ ਮਹਾਰਾਜ ਮੇਰੇ ਨਿਤਨੇਮ ਵਿੱਚ ਵਾਧਾ ਪਵੇ, ਮੇਰੀ ਔਲਾਦ ਇਹ
ਇਨੇਰ ਬਣ ਜਵੇ ਇਹ ਅਰਦਾਸ ਆਉਣੀ, ਪਰ ਕਦੇ ਨਹੀਂ ਅਰਦਾਸ ਆਈ ਮੇਰਾ ਪੁੱਤ ਪੰਜ ਵਾੜੀਆਂ ਦਾ ਨਿਤਨੇਮ ਕਰਿਆ ਕਰਿਆ ਕੋ ਸਤਨਾਮ ਸ੍ਰੀ ਵਿੱਚੋਂ ਸੱਚਾਈ ਚੰਗੀ ਤਰ੍ਹਾਂ ਨਾਲ ਬਾਣੀ ਵਿੱਚੋਂ ਦੱਸੂਗਾ ਤੁਹਾਨੂੰ। ਇੱਥੇ ਇਹ ਅਰਦਾਸਾਂ ਨਹੀਂ ਆਉਂਦੀਆਂ ਵੀ ਮਹਾਰਾਜ ਮੈਂ 4 ਵਜੇ ਉੱਠਣਾ, ਇੱਥੇ ਇਹ ਅਰਦਾਸਾਂ ਨਹੀਂ ਆਉਂਦੀਆਂ ਦੁਨਿਆਵੀ ਲਾਕਾਂ ਮੰਗਣ ਲਈ ਆਉਂਦੇ ਹਾਂ, ਮਾੜੀਆਂ ਨਹੀਂ ਵੀ ਆ ਮੰਗੋ, ਪਰ ਤੁਸੀਂ ਜਦੋਂ ਪੁੱਤ ਮੰਗ ਕੇ ਜਾਂਦੇ ਹੋ ਨਾਲ ਕੇ ਮੰਗੋ, ਪੁੱਤਾ ਮਾਤਾ ਕੀ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਮੈਂ ਨਹੀਂ ਕਹਿੰਦਾ ਤੁਸੀਂ ਘਰ ਨਾ ਮੰਗੋ, ਵੱਡੇ ਘਰ ਮੰਗੋ, ਤੁਸੀਂ ਕੋਲ ਵੱਡਾ ਘਰ ਹੋਵੇ, ਪਰ ਨਾਲ ਕੀ ਮੰਗ, ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ, ਸਦਾ ਮਨ ਅੰਦਰ ਗੁਰੂਆਂ ਦਾ ਤਿਸੇ ਧਿਆਏ। ਰੋਟੀ ਮੰਗੋ ਪਰ ਨਾਲ ਕੀ ਮੰਗੋ, ਜੈ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ। ਪਰ ਇੱਥੇ ਦੇਹ ਰੋਗ ਦਾ ਬੀਜੇ ਲੱਗ ਜਾਣ, ਡਾਕਟਰ ਬਣ ਜਾਈਏ, ਇੰਜੀਨੀਅਰ ਬਣ ਜਾਈਏ, ਪੈਸਾ ਆ ਜਾਵੇ, ਕਾਰੋਬਾਰ ਚੱਲ ਜਾਵੇ, ਪਰ ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਬੋਲੋ ਐਸਾ ਜਗ, ਥੋੜਾ ਜਿਹਾ ਪੀ ਲਓ, ਬੋਲੋ ਆਰਾਮ ਆਊਗਾ। ਸੱਚ ਸਗਨਾ ਹੋਏ ਦਾਰੂ, ਬੋਲੋ ਸੱਚ ਦੇਵੇ ਕਿਰਕੀਆ ਪਾਪ ਵੱਡੇ ਧੋਏ, ਬੋਲੋ ਪਾਪ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ, ਬੋਲੋ ਸਭ ਸੁੱਖ